ਇਮਾਮ ਦੇ ਬੱਚਿਆਂ ਨੂੰ ਸ਼ਹੀਦ ਕਰਨ ਲੱਗਾ ਵੇ, ਆਂਦਾ ਨੰਨਿਆ ਵੀਰਾ ਗੱਲਾਂ ਲੱਗੀ, ਮੈਂ ਤੈਨੂੰ ਅੱਬੂ ਵਾਲਾ ਪਿਆਰ ਦੇਵਾਂ। ਜਦੋਂ ਵੀਰਾ ਦੋਨੋਂ ਸਲਾਹ ਦੇ ਸ਼ਹੀਦ ਹੋ ਗਏ ਨਹੀਂ, ਉੱਧਰ ਇਮਾਮ ਯਕਮ ਮੁਹਰਮ ਨੂੰ ਕਰਬਲਾ ਸਲੰਦਾਰ ਖੈਮੇ ਲੈ ਕੇ ਖੜੇ ਨੀ, ਖੈਮਿਆਂ ਤੇ ਅਲਮ ਲਾ ਕੇ ਖੜੇ ਨੀ, ਹੁਸੈਨੀ ਅਲਮ ਪਕੜਿਆ ਆਵੇ। ਜਦੋਂ ਖੈਮਿਆਂ ਦੇ ਅੰਦਰ ਬੀਬੀਆਂ ਖੜੀਆਂ ਬੈਠੀਆਂ ਹੋਈਆਂ ਨੇ, ਖੈਮੇ ਲੱਗ ਗਏ ਨੇ, ਯਕਮ ਮੁਹਰਮ ਨੂੰ ਸੈਯਦ ਨੇ ਦੀਵੇ ਵੱਡੇ ਕਰ ਦਿੱਤੇ, ਜਿੰਨਾ ਵਾਪਸ ਜਾਣਾ ਜਾ ਸਕਦੇ ਜੇ ਖੂਫੀਆਂ ਬੇਵਫਾਈ ਕਰਦੀ ਏ, ਮਗਰ ਇੱਕ ਵੀ ਵਾਪਸ ਨਹੀਂ ਗਿਆ ਵੇ। 72 ਆਦਮੀਆਂ ਤੇ ਮੁਸ਼ਤਮਿਲ ਕਾਫਲਾ ਏ, 3 ਸ਼ਹੀਦ ਹੋ ਗਏ ਨੇ। ਅਰਜ਼ ਕਰਨਾ ਚਾਹ ਰਿਹਾ ਵੇ, ਜਦੋਂ ਇਮਾਮ ਦਾ ਕਾਫਲਾ ਕਰਬਲਾ ਦੇ ਅੰਦਰ ਮੌਜੂਦ ਏ, 7 ਮੁਹਰਮ ਤੱਕ ਮੁਜ਼ਾਕਰਾਤ ਨੇ, 4000 ਖੂਫੀ ਫੌਜ ਦਾ ਘੇਰਾ ਗੱਤਿਆ ਗਿਆ ਵੇ। ਜਦੋਂ ਖੂਫੀ ਫੌਜ ਨੇ ਮੁਹਾਸਰਾ ਕਰ ਲਿਆ, ਖਾਨਦਾਨ ਰਸੂਲ ਦਾ ਮੁਹਾਸਰਾ ਕਰ ਲਿਆ ਗਿਆ ਵੇ, ਜਦੋਂ ਨਵਾਸਾ ਰਸੂਲ ਦਾ ਮੁਹਾਸਰਾ ਕਰ ਲਿਆ ਗਿਆ ਏ, ਅਰਜ਼ ਕਰਦਾ ਪਿਆ ਘੇਰਾ ਗੱਤ ਲਿਆ ਗਿਆ ਵੇ। ਇਬਨੇ ਜ਼ਿਆਦ ਦਾ ਸਿਪਾਹੀ ਆਇਆ ਏ, ਕਹਿੰਦਾ ਹੁਸੈਨ ਅਬੀ ਬੈਤ ਕਰੋ, ਕਹਿੰਦੇ ਮੇਰੀਆਂ ਸ਼ਰਤਾਂ ਨੇ, 3 ਸ਼ਰਤਾਂ ਇਬਨੇ ਜ਼ਿਆਦ ਕੋ ਗਈਆਂ ਨੇ। ਲਾਗੇ ਸ਼ਿਮਰ ਪਲੀਤ ਬੈਠਾ ਵੇ, ਸ਼ਿਮਰ ਜ਼ੀਅਲ ਜੋਸ਼ਨ ਬੈਠਾ ਏ, ਕਹਿੰਦਾ ਨਾ ਨਾ ਅਬੀ ਬੈਤ ਕਰੋ, ਸ਼ਰਤਾਂ ਅਸਾਂ ਨਹੀਂ ਮੰਨਣੀਆਂ। ਕਹਿੰਦੇ ਅਬੀ ਜਾਓ, ਇਬਨੇ ਜ਼ਿਆਦ ਨੇ ਭੇਜਿਆ ਸ਼ਿਮਰ ਨੂੰ, ਜਾ ਕੇ ਸਖਤੀ ਕਰੋ। ਜਦੋਂ ਅਲੋਤਾ ਇਬਨੇ ਜ਼ਿਆਦ ਦਾ ਭੇਜਿਆ ਸਫੀਰ ਆਇਆ ਵੇ, ਬੇਈਮਾਨ ਆਇਆ ਵੇ, ਦੁਨੀਆਂ ਦਾ ਕੁੱਤਾ ਆਇਆ ਵੇ, ਕਹਿੰਦਾ ਨਹਿਰੇ ਫਰਾਤ ਤੇ ਪਾਬੰਦੀ ਲਾ ਦਿਓ, 1000 ਫੌਜ ਹੋਰ ਲੈ ਕੇ ਆਇਆ ਵੇ। 5000 ਦਾ ਲਸ਼ਕਰ ਹੋ ਗਿਆ ਮੈਦਾਨੇ ਕਰਬਲਾ ਵੇ, 7 ਨੂੰ ਸੈਯਦ ਤੇ ਪਾਣੀ ਬੰਦੇ, ਇਬਨੇ ਜ਼ਿਆਦ ਦੇ ਸਿਪਾਹੀ ਪਾਣੀ ਪੀ ਸਕਦੇ ਨੇ, ਲੋਕੋ ਤੇ ਆਉਣ ਨਾਲ ਲੋਕੋ ਸ਼ਿਮਰ ਦੇ ਮੰਨਣ ਵਾਲੇ ਕੁੱਤੇ ਬਿੱਲੇ ਤੇ ਪਾਣੀ ਪੀ ਸਕਦੇ ਨੇ, ਨਬੀ ਦੀ ਆਲ ਨਹੀਂ ਪੀ ਸਕਦੀ, ਹਾਉ ਦੇ ਕੌਸਰ ਦੇ ਵਾਰਸ ਦਰਿਆਏ ਨੇ, ਨਬੀ ਦੀ ਆਲ ਦਰਿਆਈਏ ਤੇਰੇ ਦਿਲ ਦੇ ਦਰਿਆਏ ਸੈਯਦ, ਹੋਈਆਂ ਸਭ ਦੀਆਂ ਖੁਸ਼ਕ ਜ਼ਬਾਨਾਂ, ਫਿਰ ਵੀ ਵੱਧ ਵੱਧ ਦਿੱਤੀਆਂ ਜਾਣਾ ਮੇਰੇ ਗਾਜ਼ੀਆਂ ਸ਼ੇਰ ਜਵਾਨਾਂ। 7 ਨੂੰ ਸੈਯਦ ਦੇ ਪਾਣੀ ਪਾਉਂਦੇ, ਮੈਂ ਵੀਰੋ ਸੁਣੋ ਤੇ ਆਉਣ ਨਾਲ ਵੀਰੋ ਕਹਿੰਦਾ ਉਹਨਾਂ ਖਤਾ ਬੱਚ, ਕਦੀ ਮੈਂ ਉੱਥੇ ਜ਼ਿੰਦਾ ਆਉਂਦਾ, ਮੈਂ ਆਉਂਦਾ ਜ਼ਾਲਮੋ ਕਿਹਦੇ ਤੇ ਪਾਣੀ ਬੰਦ ਕਰਦੇ ਜੇ, ਹਸਨ ਹੁਸੈਨ ਆਪਣੇ ਨਾਦੀ ਮਾਂ ਦੇ ਘਰ ਦੇ ਅੰਦਰ ਨੇ, ਮੇਰਾ ਨਬੀ ਗੁਜ਼ਰਦਾ ਪਿਆ ਵੇ। ਹਜ਼ਰਤ ਜਨਾਬੇ ਸਲਮਾਨ ਫਾਰਸੀ ਨਾਲ ਨੇ, ਹਜ਼ਰਤ ਅਬੂ ਹੁਰੈਰਾ ਰਵਾਇਤ ਕਰਦੇ ਨੇ, ਜਦੋਂ ਨਬੀ ਕਰੀਮ ਜਾ ਰਹੇ ਨੇ, ਘਰ 'ਚ ਰੋਣੇ ਦੀ ਆਵਾਜ਼ ਆਈ ਹੈ, ਨੰਨੇ ਸ਼ਹਿਜ਼ਾਦਿਆਂ ਦੀ, ਮੇਰੀ ਬੇਟੀ ਕਿਉਂ ਰੋਏ ਅੱਬੂ ਜੀ, ਹਰ 'ਚ ਪਾਣੀ ਮੌਜੂਦ ਨਹੀਂ, ਮਸ਼ਕੀਜ਼ਾ ਲਾਓ, ਮਸ਼ਕੀਜ਼ਾ ਖਾ ਲਈਏ, ਮੇਰਾ ਨਬੀ ਹੋਵੇ ਅਗਰ ਪਾਣੀ 'ਚ ਹੱਥ ਪਾਵੇ, ਰੱਬ ਉਂਗਲਾਂ 'ਚੋਂ ਨਹਿਰਾਂ ਜਾਰੀ ਕਰ ਦਿੰਦਾ ਹੈ, ਮੇਰਾ ਨਬੀ ਹੋਵੇ ਖਾਰੇ ਖੂਹ 'ਚ ਲੱਭ ਪਾਵੇ, ਮੈਂ ਮਦੀਨਾ ਪਾਕ ਉਸ ਖੂਹੇ ਤੋਂ ਪਾਣੀ ਪੀ ਕੇ ਆਇਆ ਵੀ, ਅੱਜ ਵੀ ਮਠਾਸ ਵਾਲਾ ਏ, ਅੱਜ ਵੀ ਪਿਆਰ ਵਾਲਾ ਵੇ, ਅੱਜ ਵੀ ਸ਼ਬਾਹ ਵਾਲਾ ਵੇ, ਜਿੱਥੇ 17 ਨਬੀਆਂ ਪਾਣੀ ਪੀਤਾ ਮੈਂ ਉਸ ਕੂਏ ਦਾ ਵੀ ਪਾਣੀ ਪੀਤਾ ਵੇ, ਜ਼ਰਾ ਧਿਆਨ ਕਰਿਆ ਜੇ, ਜਿਹਦਾ ਨਬੀ ਖਾਰੇ ਖੂਹ 'ਚ ਲੱਭ ਪਾਵੇ ਰੱਬ ਮਿੱਠਾ ਕਰ ਦਿੰਦਾ ਵੇ, ਜੁਮੇ 'ਚ ਦੁਆ ਮੰਗੇ ਮੀਂਹ ਦੀ ਰੱਬ 8 ਦਿਨ ਮੀਂਹ ਪਾ ਦਿੰਦਾ ਵੇ, ਮੇਰੇ ਨਬੀ ਨੇ ਗੋਚ ਹੁਸੈਨ ਉਠਾਇਆ ਏ, ਮੈਂ ਨਕਾਸ਼ ਇਬਨੇ ਜ਼ਿਆਦ ਮੈਂ ਉੱਥੇ ਹੁੰਦਾ, ਮੈਂ ਤੇਰੇ ਸਾਹਮਣੇ ਹਦੀਸ ਰਸੂਲ ਪੜ੍ਹਦਾ, ਸ਼ਿਮਰ ਤੇਰੇ ਸਾਹਮਣੇ ਹਦੀਸ ਰਸੂਲ ਪੜ੍ਹਦਾ, ਉਹ ਜ਼ਾਲਮਾਂ ਲਾਨਤ ਨਾ ਖੱਟੀ, ਸਾਰੀ ਉਮਰ ਲਾਨਤਾਂ ਪੈਣ ਗਈਆਂ, ਜਿਨ੍ਹਾਂ ਨੂੰ ਪਿਆਸ ਨਾਲ ਨਸ਼ੀਦ ਕਰਨ ਲੱਗਾ ਵੇ, ਨਾ ਇਹਨੇ ਗੋਚ ਉਠਾਇਆ, ਇੰਝ ਕਰਕੇ ਮੇਰੇ ਮੁਸਤਫਾ ਦੀਆਂ ਅੱਖਾਂ ਡੁੱਲਦੀਆਂ ਪਈਆਂ, ਆਪਣੇ ਹੁਸੈਨ ਨੂੰ ਆਪਣੇ ਉਂਟਾਂ ਦੇ ਕਰੀਬ ਕੀਤਾ, ਮੇਰੇ ਨਬੀ ਨੇ ਜ਼ਬਾਨ ਬੇਕਾਰ ਨਿਕਾਲੀ, ਨਬੂਵਤ ਵਾਲੀ ਜ਼ਬਾਨ ਨਿਕਾਲੀ ਏ, ਫਰਮਾਇਆ ਲਓ ਮੇਰੇ ਅਸਲਾ ਦਿਓ, ਜ਼ਰਾ ਮੂੰਹ ਖੋਲ, ਆਪਣੇ ਨਾਨੇ ਦੀ ਜ਼ਬਾਨ ਚੂਸ ਕੇ ਪਿਆਸ ਖਤਮ ਕਰ ਲਓ, ਤੇਰੇ ਨਾਨੇ ਕੋਲ ਤੇਰਾ ਪਿਆਸਾ ਰਹਿਣਾ ਬਰਦਾਸ਼ਤ ਨਹੀਂ ਹੁੰਦਾ। ਮੇਰੇ ਨਬੀ ਨੇ ਫਰਮਾਇਆ ਮੈਂ ਜੰਨਤ 'ਚ ਚਾਤੀ ਮਾਰੀ, ਉੱਥੇ ਕੰਜਰੀ ਵੀ ਫਿਰੇ, ਸਿਆਬਾਂ ਦੇ ਸੋਹਣੇ ਆ, ਜੰਨਤ 'ਤੇ ਕੰਜਰੀ ਦਾ ਸੀਰ ਕੀ ਹੈ, ਆਂਦੇ ਨੇ ਪੁੱਛੋ ਗਈ ਕਿਵੇਂ ਆਉਂ, ਉਹਨੇ ਵੇਖਿਆ ਕੁੱਤੇ ਦਾ ਬੱਚਾ ਬਿਲਕਦਾ ਪਿਆ ਪਿਆ ਸੌ, ਇਹਨੇ ਧੁੱਪ 'ਚੋਂ ਫੜ ਕੇ ਛਾਂ 'ਚ ਰੱਖਿਆ, ਕੱਪੜੇ ਦੀ ਲੱਜ ਬਣਾਈ, ਜੁੱਤੀ ਦਾ ਬੋਕਾ ਬਣਾਇਆ, ਖੂਹ 'ਚੋਂ ਪਾਣੀ ਕੱਢ ਕੇ ਕੁੱਤੇ ਦੇ ਮੂੰਹ ਨੂੰ ਲਾਇਆ ਵੇ, ਆਸਮਾਨ ਤੋਂ ਆਵਾਜ਼ ਆਈ, ਨੀ ਕੰਜਰੀਏ ਗੁਨਾਹਗਾਰ ਹੋ ਕੇ ਬੇਜ਼ਬਾਨ ਤੇ ਰਹਿਮ ਖਾਧਾ, ਮੈਂ ਰਹਿਮਾਨ ਹੋ ਕੇ ਤੇਰੇ ਰਾਮ ਕਿਉਂ ਨਾ ਖਾਵਾਂ। ਕੰਜਰੀ ਕੁੱਤੇ ਦੇ ਬੱਚੇ ਨੂੰ ਪਾਣੀ ਪਿਆ ਕੇ ਜਿੰਦ ਖੱਟ ਗਈ। ਮੈਂ ਕਹਿੰਦਾ ਇਬਨੇ ਜ਼ਿਆਦ ਸ਼ਿਮਰ, ਤੈਨੂੰ ਤੇ ਉਸ ਕੰਜਰੀ ਦੇ ਨਾਲ ਵੀ ਤਸ਼ਬੀਹ ਦਵਾਂ ਤੇ ਤੁਹੀਨ ਹੈ, ਉਹ ਤੇ ਗੁਨਾਹਗਾਰ ਹੋ ਕੇ ਕੁੱਤੇ ਤੇ ਤਰਸ ਖਾਧਾ ਤੇ ਉਹਨੂੰ ਜਿੰਨਤ ਲੱਭ ਗਈ, ਤੂੰ ਨਬੀ ਦੀ ਆਲ ਪਿਆਸੀ ਸ਼ਹੀਦ ਕਰ ਦੇ।
अपने नाने दे गद्दियां ते लोरियां लैन वाला हुसैन अपने नाने दी जबान चूसन वाला हुसैन मिंबर ते बैन वाला हुसैन अपने नाने दे कंधियां ते लोरियां लैन वाला हुसैन पुश्ते नबी ते सवार होने वाला हुसैन मेरे नाने ने सजदा लंबा कीता वे कूफियो जान दे जे मैं कौन हूं تیر ماریا بچڑے سبیر تائی جدو نبی دی آل ماننے والو کربلا دا ننا شہزادا شہید ہویا وے حسین نے ویکھیا سفید کپڑے پائے نہیں کربلا چ دس محرم دے دن حسین سفید کپڑیاں چ ملبوس ہے کفنی گل دے اندر آؤ اور جدوں ویکھیا سارے کپڑے خون نہ تار ہو گئے نہیں اپنے بچے نو چومیا اے تے حسین ہی جاندا ہے جدوں 6 مہینے دے بچے دی گردن چ تیر لگائے گا تیرا میرا بچہ بیمار ہوئے بزرگ رات نیند نہیں آندی بچہ بیمار ہوئے بھوک مک جاندی ہے میں ہسپتالاں دے مندر ویکھیا نہیں میں سابے اولاد ہاں سابے اولاد نو پوچھو پتر بیمار ہوئے رات نیند نہیں آندی تی بیمار ہوئے اس حسین دا کی صبر دسو 6 مہینے دا بچڑا ہے جدو گوچ تیر لگا ہوئے گا آدھے لے میرے بچیاں میں تینو پیاس تے نہیں مکا سکیا پر تیرے خون نہ تیرے ابو دا کرتا تار ہو گیا بس جیتی علی کی کٹ گئی بستی اجڑ گئی جویں تیریاں میریاں اکھاں تار ہو گیاں نے آخر درد والے بیٹھے آؤ اوناں ظالماں نے اے مہینے دا بچہ ویر ظلم دا نشانہ بنا دیتا ہے بس کھیتی علی کی کٹ گئی بستی اجڑ گئی پردیش میں اصغر سے سکینہ پچھڑ گئی جدو بعد دے بازو کٹے پڑے نہیں ادھر 10 محرم دا دن آن والا ہے حیات خیمیاں چے آدھے میری بہن زینب جاننی ہے میں کون آدھی بھائی جان میرا ویر حسین میرا صابر حسین میرا مظلوم حسین میرے نانے نے فرمایا سی میرا حسین شہید ہوئے گا میری بہن جاننی ہے میں کون آندی ہے میری ماں امڑی جائے دا پتر میری امی فاطمہ دا دودھ پین والا میرا ماں جایا ویر حسین آندے نے میری بہن کل جدو ویر دی لاش ویکھی کربلا چ نوحہ نہیں کرنا ماتم نہیں کرنا بے پردہ باہر نہیں آنا بھائی جان خیر آندے نے میری بہن امی فاطمہ نے کیا سی میرا جنازہ جائے رات دے اندھیرے چ جاوے کسے غیر دی نظر نہ پوے میری بہن کتے کل قیامت نو کوئی ساڈی ماں فاطمہ نو اے نہ کہہ دوے نبی حسین دی ماں فاطمہ دے کفن تے غیر دی نظر نہیں پئی میں کربلا چ فاطمہ دی تی پہ پردہ ویکھی سی سید کربلا چ کھڑا ہے اینیاں لاشاں پیاں نے پھر بھی شریعت دا خیال پھر بھی حیا دا خیال ڈب کے مر جن جڑے اپنیاں پارٹیاں مگر لگ کے بے پردہ بیٹیاں نو ویرو گلیاں چ کھڑا کر دے نے پارٹیاں دے مجریاں چ کھڑا کر دے شرم کر مسلمان نہ کہلاؤ چا کلمہ چھڑ دے یا کلمے نہ گداری چھڑ دے اینا پارٹیاں تیرے کم نہیں آنا تو اپنیاں بیٹیاں نو اینا پارٹیاں چ بے پردہ کھڑیاں کرنا میں حسین سب کچھ لٹایا ہے پر کیا میری بہن جاننی ہے اس نبی دے دوترے آن جنوں رب نبیاں دا سردار بنایا ہے کربلا دے اندر سید اینیاں لاشاں دے گرد کھڑا ہے
ਕਿਤੇ ਬੱਚੇ ਦੀ ਲਾਸ਼, ਕਿਤੇ ਪਾਂਜੇ ਦੀ ਲਾਸ਼, ਕਿਤੇ ਭਤੀਜੇ ਦੀ ਲਾਸ਼, ਸੈਯਦ ਤੇ ਜ਼ੁਲਮ ਦੀ ਇੰਤਹਾ ਹੋ ਗਈ। ਮੇਰੇ ਹੁਸੈਨ ਨੇ ਸਭ ਕੁਛ ਲੁਟਾ ਦਿੱਤਾ ਹੈ। ਹੁਸੈਨ ਇਬਨੇ ਅਲੀ ਖੈਮਿਆਂ 'ਚ ਖੜ੍ਹੇ ਨੇ। ਮੇਰੀ ਭੈਣ ਜਾਣਨੀ ਹੈ, ਸਾਡੀ ਮਾਂ ਫਾਤਮਾ ਦੇ ਕਫਨ 'ਤੇ ਗੈਰ ਦੀ ਨਜ਼ਰ ਨਹੀਂ ਪਈ। ਜਦੋਂ ਕਰਬਲਾ 'ਚ ਵੀਰ ਦੀ ਲਾਸ਼ ਵੇਖੇ ਬਾਹਰ ਨਾ ਨਿਕਲੀ, ਮੇਰੀ ਬੇਟੀ ਸਕੀਨਾ ਆਪਣੀ ਦਾਦੀ ਫਾਤਮਾ ਦੀ ਨਸੀਹਤ ਯਾਦ ਰੱਖੀ। ਹੁਸੈਨ ਦੀ ਧੀਆਂ ਜੰਨਤ ਸਰਦਾਰ ਦੀ ਧੀਆਂ, ਗੈਰਤ ਬੜੀ ਵੱਡੀ ਚੀਜ਼ ਹੁੰਦੀ ਹੈ। ਮੇਰੇ ਨਾਨੇ ਨੇ ਫਰਮਾਇਆ, ਜਿਹਦੀ ਧੀ ਬੇਪਰਦਾਵੇਂ ਉਹ ਬਾਪ ਬਗੈਰਤ ਹੁੰਦਾ ਹੈ। ਮੇਰੀ ਧੀ ਆਪਣੇ ਅੱਬੂ ਦੀ ਸ਼ਾਨ ਯਾਦ ਰੱਖੀ, ਆਪਣੇ ਅੱਬੂ ਦਾ ਮਕਾਮ ਯਾਦ ਰੱਖੀ। ਆਪਣੀਆਂ ਬੇਟੀਆਂ ਨੂੰ ਨਾਲ ਟੀਵੀ 'ਤੇ ਲੈ ਕੇ ਬਹਿਣ ਵਾਲੇ ਉਹ ਕਿਵੇਂ ਹੁਸੈਨ ਦਾ ਸਾਹਮਣਾ ਕਰੋ। ਹਮ ਕੌਣ ਹੈ, ਕਿਆ ਹੈ, ਬਖੁਦਾ ਯਾਦ ਨਹੀਂ, ਆਪਣੇ ਅਸਲਾ ਫਕੀ ਕੋਈ ਅਦਾ ਯਾਦ ਨਹੀਂ। ਕਰ ਯਾਦ ਹੈ ਤੋ ਕਾਫਰ ਕੇ ਤਰਾਨੇ ਹੈ ਯਾਦ, ਨਹੀਂ ਯਾਦ ਤੋ ਮਸਜਿਦ ਕੀ ਸਦਾ ਯਾਦ ਨਹੀਂ। ਬਿੰਤੇ ਹਵਾ ਕੋ ਨਚਾਤੇ ਹੈ ਸਰੇ ਮਹਿਫਲ, ਕਿਤਨੇ ਸੰਦਿਲ ਹੈ ਕਿ ਫਾਤਮਾ ਕਾ ਹਯਾ ਯਾਦ ਨਹੀਂ। ਮੁਝਕੋ ਤੂੰ ਯੂੰ ਲੱਗਤਾ ਹੈ ਮੁਸਲਮਾਨੋ, ਤੁਮਕੋ ਸਭ ਕੁਛ ਤੋਂ ਯਾਦ ਹੈ ਪਰ ਖੁਦਾ ਯਾਦ ਨਹੀਂ। ਇਹਨਾਂ ਪਾਰਟੀਆਂ ਕੰਮ ਨਹੀਂ ਆਉਣਾ, ਇਹਨਾਂ ਰਿਵਾਜਾਂ ਕੰਮ ਨਹੀਂ ਆਉਣਾ। ਸੈਯਦ ਕਰਬਲਾ ਚ ਕਿਆ ਬਦਰ, ਇਹੋ ਸ਼ਰਤ ਸੀ ਅੱਲਾਹ ਦਾ ਦੀਨ ਰਹਿ ਜੇ, ਉਹਦੀ ਆਨ ਰਹਿ ਜੇ, ਉਹਦੀ ਸ਼ਾਨ ਰਹਿ ਜੇ। ਮਿਲ ਕੇ ਪੜ੍ਹ ਲਓ, ਉਹਦੀ ਆਨ ਰਹਿ ਜੇ, ਉਹਦੀ ਮਿਲ ਕੇ ਪੜੋਗੇ ਸਰੂਰ, ਉਹਦੀ ਆਨ ਰਹਿ ਜੇ, ਉਹਦੀ ਜੇ। ਸ਼ੇਰਾਂ ਵਾਂਗੂ ਬੋਲੋ ਜ਼ਰਾ, ਕਰਬਲਾ ਦੀ ਅਦਾ ਜ਼ਿੰਦਾ ਹੋਵੇ, ਉਹਦੀ ਆਨ ਰਹਿ ਜੇ, ਉਹਦੀ ਨਹੀਂ ਆਵਾਜ਼ ਨਹੀਂ ਆਈ, ਗੱਜ ਕੇ ਬੋਲੋ, ਉਹਦੀ ਆਨ ਰਹਿ ਜੇ, ਉਹਦੀ ਜੇ। ਲੁੱਟੀ ਜਾਏ ਭਾਵੇਂ ਜੋ ਹੁਸੈਨ ਦੀ ਅੱਜ, ਮਗਰ ਨਾਨੇ ਦਾ ਜ਼ਿੰਦਾ ਇਸਲਾਮ ਰਹਿ ਜੇ। ਹੁਸੈਨ ਨੇ ਹਯਾ ਦੀ ਹੱਦ ਕਿਉਂ ਨਹੀਂ ਟੁੱਟਣ ਦਿੱਤੀ? ਕਿਉਂਕਿ ਨਾਨੇ ਨੇ ਫਰਮਾਇਆ ਸੀ, ਜਿਹਦੇ ਘਰ 'ਚੋਂ ਹਯਾ ਮੁੱਕ ਜੇ, ਦੀਨੇ ਮੁਹੰਮਦ ਮੁੱਕ ਜਾਂਦਾ ਹੈ। ਕਰਬਲਾ 'ਚ ਸੈਯਦ ਨੇ ਸਭ ਕੁਛ ਘਵਾ ਕੇ ਅਤੇ ਸਹੀ ਆਪਣੀਆਂ ਬੇਟੀਆਂ ਨੂੰ ਕਿਹਾ, ਬੇਪਰਦਾ ਨਹੀਂ ਬਾਹਰ ਆਉਣਾ। ਉਧਰ 10 ਮੁਹਰਮ ਦਾ ਦਿਨ, ਜਦੋਂ ਮੁਸਲਮਾਨ ਨੂੰ ਅਸਰ ਦਾ ਵੇਲਾ ਆਇਆ, ਮੇਰਾ ਹੁਸੈਨ ਇਬਨ ਅਲੀ ਨਮਾਜ਼ ਦੇ ਦੌਰਾਨ ਤਯੰਮਮ ਕਰਕੇ ਸਹੀ ਨਮਾਜ਼ ਨਹੀਂ ਤੀ, ਸ਼ਹੀਦ ਹੋ ਗਏ ਨਹੀਂ। ਜਮ ਕੱਠੇ ਨੇ ਹਮਲਾ ਕੀਤਾ, ਕੱਠਿਆਂ ਵਾਰ ਕੀਤਾ ਹੁਸੈਨ ਇਬਨ ਅਲੀ 'ਤੇ। ਜਦੋਂ ਹੁਸੈਨ ਸ਼ਹੀਦ ਹੋ ਗਏ ਨਹੀਂ, ਫਹਿਮਿਆਂ ਨੂੰ ਲੁੱਟਿਆ ਜਾ ਰਿਹਾ ਹੈ। ਇਮਾਮ ਜ਼ੈਨੁਲ ਆਬਦੀਨ ਬਿਮਾਰ ਪੜੇ ਨਹੀਂ, ਜਿਨ੍ਹਾਂ ਨੂੰ ਬਿਮਾਰੇ ਕਰਬਲਾ ਕਿਹਾ ਜਾਂਦਾ ਹੈ। ਸਿੱਖਦਾ ਜ਼ੈਨ ਬੋਲੀ ਵੇ ਸ਼ਿਮਰਾਓ, ਵੇ ਨਾ ਵਾਰ ਕਰੀ, ਮੇਰੇ ਵੀਰ ਦੀ ਆਖਰੀ ਤਸਵੀਰੀ, ਵੇ ਹੁਸੈਨ ਆਖਰੀ ਪੁੱਤਰੀ, ਵੇ ਨਾ ਮਾਰੀ, ਵੇ ਸੈਯਦ ਦਾ ਬੱਚੜਾ ਬਿਮਾਰੀ। ਹਾਰਸ ਅੱਗੇ ਬੜੇ ਆਓ, ਇਬਨੇ ਜ਼ਿਆਦ ਦਾ ਸਪਾਹੀ ਔਰ ਦੋਸਤਾ ਜਨਾਬ, ਮੁਸਲਮ ਦੇ ਬੱਚੇ ਸ਼ਹੀਦ ਕੀਤੇ, ਇੱਥੇ ਸ਼ਿਮਰ ਪਿੱਛੇ ਹਟੇ ਆਏ। ਸਿੱਖਦਾ ਜ਼ੈਨ ਪਰੇਸ਼ਾਨ ਆਓ, ਇਮਾਮ ਜ਼ੈਨੁਲ ਆਬਦੀਨ ਕੈਦੀ ਬਣ ਗਏ ਨਹੀਂ, ਫਹਿਮਿਆਂ ਨੂੰ ਲੁੱਟਿਆ ਜਾ ਰਿਹਾ ਹੈ। ਜ਼ੈਨੁਲ ਆਬਦੀਨ ਕੈਦੀ ਬਣ ਗਏ ਨਹੀਂ, ਜਦੋਂ ਦੋਸਤਾਂ ਇਮਾਮ ਕੈਦੀ ਬਣ ਗਏ ਨਹੀਂ, ਸਿੱਖਦਾ ਸਕੀਨਾ ਕੈਦਨ ਬਣ ਗਈਆਂ ਨੇ। ਜਦੋਂ ਕਾਫਲਾ ਚੱਲਿਆ ਆਵੇ, ਸ਼ਿਮਰ ਹੁਸੈਨ ਦੀ ਛਾਤੀ 'ਤੇ ਚੜ੍ਹਿਆ ਹੈ। ਜੋ ਜ਼ਾਲਮਾਂ ਖੁਦਾ ਤੈਨੂੰ ਗਾਰਤ ਕਰ ਦਿੰਦਾ ਹੋ, ਜਦੋਂ ਛਾਤੀ 'ਤੇ ਕਦਮ ਰੱਖਿਆ ਹੋ, ਸਰ ਹੁਸੈਨ ਤਰ ਤੋਂ ਜੁਦਾ ਕੀਤਾ ਵੇ, ਇੰਜ ਛੁਰੇ ਨਾਲ ਮੇਰੇ ਹੁਸੈਨ ਦਾ ਸਰ ਕੱਟਿਆ ਵੇ, ਮੇਰੇ ਨਬੀ ਦੀ ਖਾਬ ਪੂਰੀ ਹੋ ਗਈ। ਮੈਨੂੰ ਜਬਰੀਲ ਦੱਸ ਕੇ ਗਿਆ ਹੈ, ਮੇਰਾ ਬੱਚਾ ਸ਼ਹੀਦ ਹੋ ਜਾਏਗਾ, ਮੇਰਾ ਬੱਚਾ ਸ਼ਹੀਦ ਹੋ ਜਾਏਗਾ, ਮੇਰਾ ਬੱਚੜਾ ਸ਼ਹੀਦ ਹੋ ਜਾਏਗਾ। ਅਰਜ਼ ਕਰਨਾ ਚਾਹ ਰਿਹਾ ਮੁਸਲਮਾਨ ਨੂੰ, ਇੰਨਾ ਨਿਲਾ ਹੋਇਆ, ਇੰਨਾ ਲਹਿਰਾਜ ਉਲ ਹੁਸੈਨ ਇਬਨ ਅਲੀ ਸ਼ਹੀਦ ਹੋ ਗਏ ਨੇ। ਜਦੋਂ ਸਿੱਖਦਾ ਜ਼ੈਨਬ ਦੀ ਸਵਾਰੀ ਤੁਰੀ ਹੈ, ਆਦੀ ਵੇ ਸਵਾਰੀ ਵਾ ਲਿਆ, ਜ਼ਰਾ ਵੀਰ ਦੀ ਲਾਸ਼ ਦੇ ਨੇੜਿਓਂ ਲੰਘੀ। ਸਿੱਖਦਾ ਜ਼ੈਨਬ ਨੇ ਵੇਖਿਆ, ਧਰਨੇ ਨਾ ਵੀ ਪਿਆ ਹੈ ਜ਼ਮੀਨ 'ਤੇ, ਸਰੇ ਹੁਸੈਨ ਨੇਜ਼ੇ ਚੜ੍ਹੇ ਆਏ, ਅੱਗੇ ਸਰੇ ਹੁਸੈਨ ਜਾ ਰਿਹਾ ਵੇ। ਕਹਿੰਦੀ ਹੈ, ਸਰ ਮੇਰੇ ਕੋਈ ਦੋਸ਼ ਨਾ ਦੇਵੀ ਵੀਰਾ, ਮੈਂ ਮਜਬੂਰੀ
ਕਿੱਥੋਂ ਲਿਆਵਾਂ ਅੱਜ ਕਫਨ ਮੈਂ ਤੇਰਾ ਸ਼ਹਿਰ ਮਦੀਨਾ ਦੂਰੀ ਅੱਜ ਵੀ ਭੈਣ ਤੁਰੇ ਸਤਿਆਣੇ ਤੋਂ ਵੀਰੋ ਜ਼ਰਾ ਧਿਆਨ ਕਰੇ ਅੱਜ ਟੈਲੀਫੋਨ ਜਾਵੇ ਮਾਂ ਜਾਈਏ ਜਿਹੜਾ ਭਰਾ ਤੇਰੇ ਨਾਲ ਬੋਲਦਾ ਨਹੀਂ ਅੱਜ ਅੱਲਾ ਨੂੰ ਪਿਆਰਾ ਹੋ ਗਿਆ ਮੈਂ ਪੈਦਾ ਕਰਨ ਵਾਲੇ ਦੀ ਕਸਮ ਉਠਾਣੀ ਇੱਥੋਂ ਟੈਲੀਫੋਨ ਜਾਵੇ ਕਹਿੰਦੀਆਂ ਵੇ ਵੀਰੋ ਕਫਨ ਚ ਟੈਲੀਫੋਨ ਬੰਦ ਹੋਣ ਤੋਂ ਪਹਿਲਾਂ ਕਹਿੰਦੀਆਂ ਵੇ ਵੀਰੋ ਕਫਨ ਮੈਂ ਲੈ ਕੇ ਆਉਣਾ ਜੇ ਵੀਰ ਦਾ ਆਖਰੀ ਜੋੜਾ ਮੈਂ ਲਿਆਉਣਾ ਜੇ ਮੈਨੂੰ ਮਾੜੀ ਨਾ ਸਮਝਿਆ ਜੇ ਮੈਂ ਮਾੜੀ ਜ਼ਰੂਰ ਪਰ ਮਾਂ ਜਾਏ ਅਮੜੀ ਜਾਏ ਦਾ ਉਹ ਬਜ਼ੁਰਗੋ ਅੱਜ ਜਾ ਕੇ ਭੈਣਾਂ ਨੂੰ ਗੱਲ ਨਾ ਲਾ ਲਓ ਭੈਣਾਂ ਉਹ ਨੇ ਜਿਹੜੀਆਂ ਆਖਰੀ ਵਕਤ ਵੀ ਖੇਦੀਆਂ ਨੇ ਮੈਂ ਵੇਖਿਆ ਜੇ ਲੋਕ ਬੀਵੀਆਂ ਘੱਟ ਰੋਂਦੀਆਂ ਜੇ ਜੰਮੇ ਘੱਟ ਰੋਂਦੇ ਮਾਂ ਜਾਈਆਂ ਬਹੁਤਾ ਦਰਦ ਨਾ ਰੋਂਦੀਆਂ ਆਦੀਆਂ ਨੇ ਮਿੱਟ ਗਏ ਨਕਸ਼ੇ ਕਦਮ ਵੀਰ ਦੇ ਮੈਨੂੰ ਵੇਲਾ ਆਵੇ ਖਾਉਣ ਵੇਖ ਘਰਾਂ ਨੂੰ ਚਦਰੇ ਲੱਗੇ ਮੇਰੀਆਂ ਅੱਖੀਆਂ ਲਾਏ ਸਾਵਣ ਓਡੀ ਘਰ ਵੇਲੇ ਜਦ ਕੁੜੀਆਂ ਆਪੋ ਆਪਣੇ ਵੀਰ ਖਿਡਾਵਣ ਪਾਈਆਂ ਮੋਈ ਸਮਝ ਕੇ ਮੈਥੋਂ ਆਪਣੇ ਵੀਰ ਲਗਾਵਣ ਉਹ ਛਾਲ ਨਮਾਨੀਆਂ ਬਹਿਣਾ ਸ਼ਾਲਾ ਸਮਰਨ ਨਵੀਰ ਕਿਸੇ ਦੇ ਤੇ ਨਾ ਹੋਣ ਨਮਾਨੀਆਂ ਬਹਿਣਾ ਉਹ ਜਿਸ ਬੈਣ ਦਾ ਵੀਰ ਨਾ ਕੋਈ ਉਸ ਕੀ ਦੁਨੀਆ ਤੋਂ ਲੈਣਾ ਸਭ ਪਰਦੇਸੀ ਵਤਨੀ ਆਏ ਤੂੰ ਵੀਰ ਮੋੜ ਮੁਹਾਰਾ ਆ ਜਾ ਮੇਰੇ ਸੋਹਣਿਆ ਵੀਰਾ ਇਹਨੂੰ ਬੈਠੀ ਆਵਾਜ਼ਾਂ ਮਾਰਾਂ ਇਹਨਾਂ ਨੇ ਲਾਏ ਹੋਏ ਇਹਨਾਂ ਲਹਿਰਾਜ ਜਦੋਂ ਦੋਸਤਾਂ ਨੂੰ ਜੀ ਨੂੰ ਸਰ ਸੋਲ ਸ਼ਹੀਦ ਹੋ ਗਏ ਸਰੇ ਹੁਸੈਨ ਨੇ ਇਹਦੇ 'ਤੇ ਚੜਿਆ ਜਦੋਂ ਸੈਯਦ ਦੀ ਸਵਾਰੀ ਕਰਬਲਾ ਤੋਂ ਕੂਫੇ ਪਹੁੰਚੀਏ ਸੋਨੇ ਦੀ ਥਾਲੀ 'ਚ ਸਰੇ ਹੁਸੈਨ ਰੱਖਿਆ ਹੈ ਇਬਨੇ ਜ਼ਿਆਦ ਨੇ ਇੰਝ ਕਰਕੇ ਮੇਰੇ ਹੁਸੈਨ ਦੇ ਹੋਂਟਾਂ 'ਤੇ ਛੜੀ ਮਾਰਦਾ ਹੈ ਮੇਰੇ ਨਬੀ ਦਾ ਗੁਲਾਮ ਖੜਾ ਆਇਆ ਸਿਹਾਬੀ ਰਸੂਲ ਕਹਿੰਦਾ ਇਹਨੂੰ ਨਾ ਮਾਰੀ ਇਹਨਾਂ ਹੋਂਟਾਂ ਨੂੰ ਮੇਰਾ ਨਬੀ ਬੋਸੇ ਦਿਆ ਕਰ ਦਈ ਜ਼ੈਨਬ ਦੀ ਹਾਰ ਨਿਕਲੀ ਅਦੀ ਵਜ਼ਾਲਮਾ ਮੇਰੇ ਹੁਸੈਨ ਦਾ ਦੁਸ਼ਮਣਾ ਮੇਰੇ ਵੀਰ ਦੇ ਹੋਂਟਾਂ 'ਤੇ ਮਾਰਨ ਵਾਲੇ ਆਓ ਜ਼ਰਾ ਧਿਆਨ ਕਰਿਆ ਜੇ ਮੁਸਲਮਾਨ ਨੂੰ ਸਰੇ ਹੁਸੈਨ ਨੇ ਇਹਦੇ 'ਤੇ ਚੜਿਆ ਇਬਨੇ ਜ਼ਿਆਦ ਨੇ ਛੜੀ ਮਾਰੀ ਮੇਰੇ ਹੁਸੈਨ ਦੇ ਆਉਣ ਦੇ ਇਬਨੇ ਅਲੀ ਦੇ ਹੋਂਟ 'ਤੇ ਛੜੀ ਮਾਰੀ ਏ ਜਦੋਂ ਕਰਬਲਾ ਤੋਂ ਕੂਹੇ ਵੱਲ ਕੂਹੇ ਤੋਂ ਦਮਿਸ਼ਕ ਵੱਲ ਸਰ ਚੱਲਿਆ ਏ ਅੱਗੇ ਸਰੇ ਹੁਸੈਨ ਜਾ ਰਿਹਾ ਏ ਅੱਗੇ ਸਰੇ ਹੁਸੈਨ ਜਾ ਰਿਹਾ ਏ ਅਰਜ਼ ਕਰਨਾ ਚਾਹ ਰਿਹਾ ਮੁਸਲਮਾਨ ਨੂੰ ਆਲੇ ਤਿਹਾਰ ਨੂੰ ਮਾਨਣੇ ਵਾਲੋ ਮੇਰੇ ਵੱਲ ਜ਼ਰਾ ਗੱਲ ਬੜੀ ਵੱਡੀ ਹੈ ਧਿਆਨ ਮੇਰੇ ਵੱਲ ਬੜੀ ਕੀਮਤੀ ਬਾਤ ਹੈ ਮੇਰੀ ਉਹ ਭੈਣੋ ਮੇਰੇ ਵੀਰੋ ਜਦੋਂ ਸਰੇ ਹੁਸੈਨ ਕੂਹੇ ਤੋਂ ਦਮਿਸ਼ਕ ਵੱਲ ਚੱਲਿਆ ਹੈ ਦਮਿਸ਼ਕ ਵੱਲ ਚੱਲਿਆ ਬੀਬੀ ਦਾ ਕਾਫਲਾ ਰੁਕਿਆ ਹੈ ਜਦੋਂ ਕਾਫਲਾ ਰੁਕਿਆ ਬਸ ਇੱਥੇ ਚੱਲ ਜਦੋਂ ਕਾਫਲਾ ਰੁਕਿਆ ਹੈ ਅਰਜ਼ ਕਰਦਾ ਇੱਕ ਪਰਦਾ ਨਸ਼ੀਨ ਬੀਬੀ ਆਈ ਕਹਿੰਦੀ ਵੇ ਦੱਸ ਪਾਤਮਾ ਦੀ ਧੀ ਕਿਹੜੇ ਖੈਮੇ 'ਚ ਬੈਠੀ ਹਜ਼ੂਰ ਦੀ ਦੋਤਰੀ ਕਿਹੜੇ ਖੈਮੇ 'ਚ ਬੈਠੀ ਜ਼ਰਾ ਧਿਆਨ ਕਰਿਆ ਜੇ ਅਰਜ਼ ਕਰਨਾ ਚਾਹ ਰਿਹਾ ਦਰਦਮੰਦ ਵਾਲੇ ਬੈਦੇ ਨੌਕਰੋ ਕਹਿੰਦੇ ਤੈਨੂੰ ਕੀ ਕੰਮ ਹੈ ਕਹਿੰਦੀ ਵੇ ਮੈਂ ਤੇਰੇ ਸਿਰੇ ਲੱਗਾਂਗੀ ਵੇ ਮੈਨੂੰ ਛੇਤੀ ਦੱਸ ਨਵੀ ਦੀ ਦੋਤਰੀ ਕਿਤੇ ਬੈਠੀ ਕਹਿੰਦੇ ਉਸ ਖੈਮੇ 'ਚ ਅੰਦਰ ਦਾਖਲ ਹੋਏ ਜਦੋਂ ਅੰਦਰ ਗਈ ਬੀਬੀ ਨੇ ਕੱਪੜੇ ਦੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਥੋੜ੍ਹੀ ਜਿਹੀ ਰੋਟੀ ਕੱਢੀ ਕਹਿੰਦੀ ਹੈ ਬੀਬੀ ਪਾਕ ਐ ਜ਼ਰਾ ਕਬੂਲ ਕਰਨਾ ਇਹਨੂੰ ਸੈਯਦ ਕਹਿੰਦੇ ਨੇ ਇਹਨੂੰ ਸੈਯਦ ਕਹਿੰਦੇ ਇਹਨੂੰ ਸੈਯਦ ਕਹਿੰਦੇ ਕਹਿਣ ਲੱਗੀ ਜਦੋਂ ਪਾਣੀ ਵੱਲ ਵੇਖਿਆ ਤਿੰਨ ਦਿਨ ਦੀ ਪਿਆਸ ਚਾਰ ਦਿਨ ਦੀ ਪਿਆਸ ਵੀਰੋ ਪੇਟ ਸੋਕੇ ਨਾਲ ਲੱਗਾ ਅੰਤਰੀਆਂ ਖੁਸ਼ਕ ਜ਼ਬਾਨ ਖੁਸ਼ ਮੇਰੇ ਨਬੀ ਦੀ ਦੋਤਰੀ ਕਹਿੰਦੀ ਹੈ ਨੀ ਆਉਣ ਵਾਲੀਏ ਕਿਤੇ ਸਦਕਾ ਤੇ ਨਹੀਂ ਸਭ ਕੁਝ ਲੁੱਟਿਆ ਗਿਆ ਪਰ ਨਾਨੇ ਦੀ ਸ਼ਰੀਅਤ ਯਾਦ ਕਹਿੰਦੀ ਹੈ ਦੱਸ ਲੋਕ ਮੈਂ ਸ਼ਰੀਅਤ ਦਾ ਮੌਲਵੀ ਮਿੰਬਰ 'ਤੇ ਖੜਾ ਹੈ ਕਿਸੇ ਟਾਈਮ ਵਾਜਿਆਂ ਲਈ ਜਾਂਦਾ ਨਿਕਾਹ ਵੀ ਫੜਾਉਣਾ ਪੈ ਜਾਂਦਾ ਹੈ ਕਿਸੇ ਟਾਈਮ ਜਿਹੜੋ ਕੁੜੀਆਂ ਫੁੱਲ ਸੁੱਟਣ ਮੈਰਿਜ ਹਾਲ 'ਚ ਜਾਣਾ ਵੀ ਪੈ ਜਾਂਦਾ ਹੈ ਅਸੀਂ ਮੌਲਵੀ ਹੋ ਕੇ ਨਬੀ ਦੀ ਸ਼ਰੀਅਤ ਦੇ ਨਾਲ ਵੀਰਾ ਦੋਗਲਾਪਣ ਕਰ ਜਾਂਦੇ ਵਾਹ ਆਲੇ ਮੁਹੰਮਦ ਤੁਹਾਡੀ ਅਜ਼ਮਤ ਤੋਂ ਕੁਰਬਾਨ ਸਭ ਕੁਝ ਕੱਟਿਆ ਗਿਆ ਜ਼ੈਨਬ ਦਾ ਸਭ ਕੁਝ ਵਿਛੜ ਗਿਆ ਸੈਨਬ ਦੇ ਨਾਲ ਲਾਸ਼ਾ ਵੀਰ ਦਾ ਸਰ ਨੇ ਦੇ ਤੜ ਕਰਬਲਾ ਛਪਿਆ ਹੈ ਲਾਸ਼ਾ ਬੇ ਗੁਰ ਕਫਲ ਪਈਆਂ
ਸਿਗਦਾ ਜ਼ੈਨਬ ਕਹਿੰਦੀਆਂ ਨੀ ਆਉਣ ਵਾਲੀਏ ਮੇਰੀ ਅੰਮੀ ਫਾਤਮਾ ਦੇ ਮਰਨ ਵਾਲੀਏ ਜਿਹੜਾ ਖਾਣਾ ਲਿਆਈ ਕਿਤੇ ਸਦਕਾ ਤੇ ਨਹੀਂ ਸਦਕਾ ਤੇ ਨਹੀਂ ਮੇਰੇ ਨਾਨੇ ਨੇ ਸਹੀ ਤੇ ਸਦਕਾ ਹਰਾਮ ਕੀਤਾ ਹੈ ਕਹਿੰਦੀ ਬੀਬੀ ਪਾਕ ਨਹੀਂ ਮੈਂ ਤੋਹਫਾ ਲੈ ਕੇ ਆਈ ਕਹਿੰਦੀ ਇੰਨੀ ਦੂਰ ਤੋਂ ਚੱਲੀ ਕਿਸੇ ਤਰਸ ਨਹੀਂ ਖਾਧਾ ਤੂੰ ਕੋ ਪਾਣੀ ਲੈ ਕੇ ਆਈ ਕਹਿੰਦੀ ਮੈਂ ਇੱਕੋ ਗੱਲ ਹੀ ਜਦੋਂ ਮੈਨੂੰ ਪਤਾ ਲੱਗੋ ਨਬੀ ਦੀ ਦੋਹਤਰੀ ਗੁਜ਼ਰਦੀ ਪਈ ਹੈ ਮੈਨੂੰ ਸਾਰੀ ਰਾਤ ਨੀਂਦ ਨਹੀਂ ਪਈ ਕਿਤੇ ਕਿਆਮਤ ਨੂੰ ਸਹਿਣ ਦੀ ਮਾਂ ਫਾਤਮਾ ਇਹ ਨਾ ਕਹਿ ਦੇ ਨੀ ਤੇਰੇ ਬੂਹੇ ਤੋਂ ਮੇਰੀ ਬੱਚੜੀ ਪਿਆਸੀ ਗੁਜ਼ਰ ਗਈ ਸੀ ਕਹਿੰਦੀ ਐਸੇ ਦਰਦ ਨੇ ਸਾਰੀ ਰਾਤ ਸੌਣ ਨਹੀਂ ਦਿੱਤਾ ਆਲੇ ਮੁਹੰਮਦ ਨੇ ਸਭ ਕੁਝ ਕੋ ਆ ਕੇ ਸ਼ਰੀਅਤ ਦੀ ਪਾਸਦਾਰੀ ਨਹੀਂ ਛੱਡੀ ਵਾ ਆਖਰੁ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।